हाँ जी प्यारे बच्चों, थोड़ा स्वागत है थोड़े अपने चैनल पे कंपटीशन वॉरियर पे। ठीक है बच्चों, आज आप सिंपल इंटरेस्ट के कुछ क्वेश्चन डिस्कस करेंगे जिन्हां दा लेवल बच्चों जिवें अपने कोल पीपीएससी दा सीनियर असिस्टेंट दा पेपर आया सी, उस पेपर दे लेवल दे आप क्वेश्चन डिस्कस करते हैं। सब तो पहला देखो बच्चों, आप स्टार्ट करते हैं अपने कोल फर्स्ट क्वेश्चन है सिंपल इंटरेस्ट दा। इहदे विच बच्चों की कह रहे ने कि सम ऑफ मनी, कुछ सम ऑफ मनी इन्वेस्ट एट ए सिंपल इंटरेस्ट। बच्चों आप सिंपल इंटरेस्ट ते कुछ पैसे इन्वेस्ट किए आ 7 टाइम्स इटसेल्फ इन 12 ईयर, अबाउट 12 12 ਸਾਲਾਂ ਦੇ ਵਿੱਚ ਬੱਚੋ 7 ਗੁਣਾ ਹੋ ਗਏ। ਠੀਕ ਹੈ ਜੀ, ਕੁਝ ਆਪਾਂ ਪੈਸੇ ਇਨਵੈਸਟ ਕੀਤੇ ਬੱਚੋ ਸਿੰਪਲ ਇੰਟਰਸਟ ਤੇ, ਪੈਸੇ ਇਨਵੈਸਟ ਕੀਤੇ ਬੱਚੋ ਸਿੰਪਲ ਇੰਟਰਸਟ ਤੇ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੋ ਗਿਆ 7 ਟਾਈਮਸ ਹੋ ਗਏ, 7 ਟਾਈਮਸ ਹੋ ਗਏ ਕਿੰਨੇ ਟਾਈਮ ਦੇ ਵਿੱਚ ਬੱਚੋ 12 ਸਾਲਾਂ ਦੇ ਵਿੱਚ, 12 ਸਾਲਾਂ ਦੇ ਵਿੱਚ ਕੀ ਹੋ ਗਏ 7 ਟਾਈਮਸ ਹੋ ਗਏ। ਅੱਗੇ ਆਪਾਂ ਨੂੰ ਕਹਿੰਦੇ ਆ ਕਿੰਨਾ ਹਾਊ ਮੈਨੀ ਟਾਈਮਸ, ਕਿੰਨੇ ਕਿੰਨੇ ਗੁਣਾ ਹੋਣਗੇ ਵਿਲ ਵੀ ਬਿਕਮਸ ਇਨ 42 ਸਾਲ, 42 ਸਾਲ ਦੇ ਵਿੱਚ ਕਿੰਨੇ ਗੁਣਾ ਹੋ ਜਾਣਗੇ। ਆਪਾਂ ਨੇ ਪੁੱਛ ਰਿਹਾ ਬੱਚੇ ਕਿ ਆਪਾਂ ਨੂੰ 12 ਸਾਲਾਂ ਦੇ ਵਿੱਚ 7 ਗੁਣਾ ਹੋ ਜਾਂਦੇ ਆ, 42 ਸਾਲਾਂ ਦੇ ਵਿੱਚ ਕਿੰਨੇ ਗੁਣਾ ਹੋਣਗੇ ਬੱਚੇ, ਆਪਾਂ ਨੂੰ ਇਹ ਪੁੱਛ ਰਹੇ ਨੇ। ਦੇਖੋ ਆਪਾਂ ਕਿਵੇਂ ਕਰ ਸਕਦੇ ਹਾਂ, ਆਪਾਂ ਦੇਖੀਏ ਬੱਚਿਓ ਕਿ ਆਪਾਂ ਅਗਰ ਪੈਸੇ ਇਨਵੈਸਟ ਕੀਤੇ ਆ, ਮੰਨ ਲਓ ਆਪਾਂ 100 ਰੁਪਏ ਇਨਵੈਸਟ ਕੀਤਾ ਗਾ ਸਿੰਪਲ ਇੰਟਰਸਟ ਦੇ ਬੱਚੇ, ਕਿੰਨੇ ਰੁਪਏ ਇਨਵੈਸਟ ਕੀਤੇ ਆਪਾਂ 100 ਰੁਪਏ। ਉਸ ਤੋਂ ਬਾਅਦ ਕੀ ਹੋਇਆ ਬੱਚੇ 12 ਸਾਲਾਂ ਦਾ ਸਮਾਂ ਲੰਘ ਗਿਆ, ਕਿੰਨਾ ਸਮਾਂ ਗੁਜ਼ਰ ਗਿਆ ਬੱਚੇ 12 ਸਾਲ, 12 ਈਅਰ ਨ ਗੁਜ਼ਰ ਗਏ। 12 ਸਾਲ ਲੰਘਣ ਦੇ ਨਾਲ ਬੱਚਿਓ ਕੀ ਹੋ ਗਿਆ ਆਪਣੇ ਕੋਲ ਉਰੇ 700 ਹੋ ਗਿਆ, 7 ਟਾਈਮਸ ਮਤਲਬ ਕਿੰਨਾ ਹੋ ਗਿਆ 100 ਤੋਂ ਬੱਚਿਓ ਕਿੰਨਾ ਹੋ ਗਿਆ 700 ਹੋ ਗਿਆ। ਇਥੋਂ ਸਮਝ ਆਈ 100 ਤੋਂ ਬੱਚਿਓ ਕਿੰਨਾ ਹੋ ਗਿਆ 700, ਕਿੰਨੇ ਟਾਈਮ ਦੇ ਵਿੱਚ ਬੱਚਿਓ 12 ਸਾਲਾਂ ਦੇ ਵਿੱਚ। ਤਾਂ ਦੇਖੋ ਫਰਕ ਕਿੰਨਾ ਪੈ ਗਿਆ, ਜਿਹੜਾ ਵਿਆਜ ਆਪਣੇ ਕੋਲੇ ਬੱਚਿਓ ਇੰਟਰਸਟ, ਇੰਟਰਸਟ ਬੱਚਿਓ ਕਿੰਨਾ ਹੋ ਗਿਆ ਆਪਣੇ ਕੋਲੇ ਇੰਟਰਸਟ ਬੱਚਿਓ 100 ਤੋਂ 700 ਨਾਲ ਮਤਲਬ 600 ਦਾ ਇੰਟਰਸਟ ਹੋ ਗਿਆ। ਠੀਕ ਹੈ ਬੱਚਿਓ, 600 ਰੁਪਿਆ ਬੱਚਿਓ ਆਪਣੇ ਇੰਟਰਸਟ ਦੇ ਵਿੱਚ ਮਿਲ ਗਿਆ। ਸਪੋਜ਼ ਕਰ ਲਓ ਆਪਾਂ ਸਿੰਪਲ ਇੰਟਰਸਟ ਦੀ ਗੱਲ ਕਰੀਏ, ਆਪਾਂ 100 ਰੁਪਿਆ ਇਨਵੈਸਟ ਕੀਤਾ ਬੱਚਿਓ, ਆਪਾਂ ਕਿੰਨਾ ਇਨਵੈਸਟ ਕੀਤਾ ਗਾ 100 ਰੁਪਿਆ। 12 ਸਾਲ ਦਾ ਟਾਈਮ ਲੰਘਿਆ ਬੱਚਿਓ, ਟਾਈਮ ਕਿੰਨਾ ਲੰਘਿਆ ਗਾ 12 ਸਾਲ, 12 ਸਾਲਾਂ ਦੇ ਵਿੱਚ ਕਿੰਨਾ ਬਣ ਗਿਆ ਬੱਚਿਓ 700 ਬਣ ਗਿਆ। ਤਾਂ ਆਪਣੇ ਕੋਲ ਬੱਚਿਓ ਜਿਹੜਾ ਇੰਟਰਸਟ ਆ ਵਿਆਜ ਆ ਉਹ ਕਿੰਨਾ ਬਣ ਗਿਆ ਬੱਚੇ 600, ਆਪਣੇ ਕੋਲ ਜਿਹੜਾ ਵਿਆਜ ਆ ਬੱਚਿਓ ਕਿੰਨਾ ਬਣ ਗਿਆ, ਉਹ ਬਣ ਗਿਆ ਆਪਣੇ ਕੋਲ 600। ਕਿੰਨੇ ਟਾਈਮ ਦੇ ਵਿੱਚ ਬੱਚਿਓ 12 ਸਾਲਾਂ ਦੇ ਵਿੱਚ, 12 ਸਾਲਾਂ ਦੇ ਵਿੱਚ ਆਪਣੇ ਕੋਲ ਇੰਨਾ ਬਣਦਾ। ਤਾਂ ਆਪਾਂ ਅੱਗੇ ਗੱਲ ਕਰਦੇ ਹਾਂ, ਦੇਖੋ ਕਿਵੇਂ ਡਿਸਕਸ ਕਰਾਂਗੇ ਬੱਚਿਓ, ਅਗਲੇ 12 ਸਾਲ ਫੇਰ ਹੋਣਗੇ ਆਪਣੇ ਕੋਲ, ਅਗਲੇ 12 ਸਾਲ ਬੱਚਿਓ ਇੱਥੋਂ 12 ਸਾਲ ਫੇਰ ਹੋਣਗੇ, ਅਗਲੇ 12 ਸਾਲਾਂ ਦੇ ਵਿੱਚ ਬੱਚਿਓ 600 ਰੁਪਿਆ ਵਿਆਜ ਆਪਣੇ ਕੋਲ ਫੇਰ ਐਡ ਹੋ ਜਾਊਗਾ। ਤਾਂ ਇੱਥੇ ਬੱਚਿਓ ਕਿੰਨਾ ਹੋ ਜਾਊਗਾ, 700 ਬਣ ਗਿਆ ਸੀ, ਕਿੰਨਾ ਬਣ ਗਿਆ ਬੱਚਿਓ 1300 ਬਣ ਗਿਆ, ਕਿੰਨਾ ਬਣ ਗਿਆ ਬੱਚਿਓ 1300। ਅਗਲੇ 12 ਸਾਲਾਂ ਦੇ ਵਿੱਚ ਸੇਮ, ਕਿਉਂਕਿ ਬੱਚੇ ਜਿਹੜਾ ਆਪਣਾ ਸਿੰਪਲ ਇੰਟਰਸਟ ਆ ਉਹਦੇ ਵਿੱਚ ਕੀ ਹੁੰਦਾ, ਹਰ ਸਾਲ ਆਪਣੇ ਕੋਲ ਇੰਟਰਸਟ ਸੇਮ ਰਹਿੰਦਾ। ਜੇ ਆਪਾਂ ਪ੍ਰਿੰਸੀਪਲ ਅਮਾਉਂਟ ਨੂੰ ਚੇਂਜ ਨਾ ਕਰੀਏ, ਪ੍ਰਿੰਸੀਪਲ ਅਮਾਉਂਟ ਆਪਾਂ ਸੇਮ ਰੱਖੀਏ, ਸਮਾਂ ਵੀ ਬੱਚੇ ਆਪਾਂ ਨੂੰ ਸੇਮ ਦਿੱਤਾ ਹੋਵੇ, ਤਾਂ ਵਿਆਜ ਕੀ ਹੈ ਬੱਚੇ ਆਪਣੇ ਕੋਲੇ ਸੇਮ ਬਣੂਗਾ। ਜਿਵੇਂ ਮੰਨ ਲਓ ਆਪਣੇ ਕੋਲੇ ਪ੍ਰਿੰਸੀਪਲ ਨੂੰ ਆਪਾਂ ਚੇਂਜ ਨਹੀਂ ਕੀਤਾ, ਜੇ ਪਹਿਲੇ ਸਾਲ ਆਪਾਂ ਨੂੰ 100 ਰੁਪਿਆ ਵਿਆਜ ਬਣਦਾ ਬੱਚੋ, ਤਾਂ ਦੂਸਰੇ ਸਾਲ ਵੀ ਕਿੰਨਾ ਬਣੂਗਾ 100 ਰੁਪਿਆ ਵਿਆਜ ਬਣੂਗਾ, ਤੀਸਰੇ ਸਾਲ ਵੀ ਬੱਚੋ ਆਪਣੇ ਕੋਲੇ 100 ਰੁਪਿਆ ਵਿਆਜ ਬਣੂਗਾ। ਜੇ ਆਪਾਂ ਰੇਟ ਵੀ ਨਹੀਂ ਚੇਂਜ ਕਰਦੇ ਤੇ ਆਪਾਂ ਪ੍ਰਿੰਸੀਪਲ ਵੀ ਨਹੀਂ ਚੇਂਜ ਕਰ ਦਿੱਤਾ, ਸੇਮ ਟਾਈਮ ਦੇ ਵਿੱਚ ਬੱਚਿਓ ਸੇਮ ਆਪਣੇ ਕੋਲ ਇੰਟਰਸਟ ਬਣਦਾ ਗਾ, ਜਿਹੜਾ ਆਪਣਾ ਸਿੰਪਲ ਇੰਟਰਸਟ ਦਾ ਟੌਪਿਕ ਹੁੰਦਾ। ਹੁਣ ਆਪਣੇ ਕੋਲ ਬੱਚਿਓ 12 ਸਾਲਾਂ ਦੇ ਵਿੱਚ ਕਿੰਨੇ ਦਾ ਫਰਕ ਪੈਂਦਾ ਗਾ 600 ਦਾ, ਅਗਲੇ 12 ਸਾਲਾਂ ਦੇ ਵਿੱਚ ਬੱਚਿਓ ਫਿਰ 600 ਦਾ ਪਊਗਾ, ਅਗਲੇ 12 ਸਾਲਾਂ ਦੇ ਵਿੱਚ ਬੱਚਿਓ ਫਿਰ ਕਿੰਨੇ ਦਾ ਪਊਗਾ 600 ਦਾ। ਤਾਂ ਆਪਣੇ ਕੋਲੇ ਬੱਚਿਓ ਉਰੇ ਕਿੰਨਾ ਹੋ ਜਾਊਗਾ, ਉਰੇ ਆਪਣੇ ਕੋਲ ਕਿੰਨਾ ਗਾ 13 ਦੇ 6 ਵਿੱਚੋਂ ਕਿੰਨਾ ਹੋ ਗਿਆ 19 ਹੋ ਗਿਆ। ਹੁਣ ਸਮੇਂ ਦੀ ਕਿੰਨੇ ਦੀ ਗੱਲ ਕੀਤੀ ਬੱਚਿਓ, 12 ਤੇ 12 24, 12 ਤੇ 12 ਕਿੰਨਾ ਹੋ ਗਿਆ 36, ਇੱਥੋਂ ਤੱਕ ਬੱਚਿਓ ਆਪਣੇ ਕੋਲ 36 ਸਾਲ ਹੋ ਗਏ। ਟੋਟਲ ਸਮੇਂ ਦੀ ਕਿੰਨੇ ਦੀ ਗੱਲ ਕੀਤੀ ਬੱਚਿਓ 42 ਸਾਲ ਦੀ, ਤਾਂ ਬੱਚਿਓ 36 ਦੇ ਵਿੱਚ ਕਿੰਨੇ ਐਡ ਕਰਾਂਗੇ 6, 36 ਦੇ 6 ਕਿੰਨੇ ਐਡ ਕਰਾਂਗੇ ਤਾਂ ਬਣ ਗਿਆ ਬੱਚਿਓ 42। ਹੁਣ ਆਪਾਂ ਵਿਆਜ ਕਿੰਨੇ ਟਾਈਮ ਦਾ ਜੋੜਾਂਗੇ ਬੱਚਿਓ 6 ਸਾਲਾਂ ਦਾ, ਜੇ 12 ਸਾਲਾਂ ਦੇ ਵਿੱਚ 600 ਰੁਪਏ ਵਿਆਜ ਬਣਦਾ ਬੱਚਿਓ, ਫਿਰ 6 ਸਾਲਾਂ ਦੇ ਵਿੱਚ ਕਿੰਨਾ ਬਣੂਗਾ 300 ਰੁਪਏ ਵਿਆਜ ਬਣੂਗਾ। ਇਹਦੇ ਵਿੱਚ ਬੱਚਿਓ ਆਪਾਂ 300 ਹੋਰ ਜੋੜਾਂਗੇ, ਕਿਉਂਕਿ ਹੁਣ ਸਮਾਂ ਕਿੰਨਾ ਲੈ ਰਿਹਾ ਬੱਚਿਓ ਆਪਾਂ 6 ਸਾਲ, ਤਾਂ ਵਿਆਜ ਵੀ ਆਪਣੇ ਕੋਲ ਅੱਧਾ ਜੁੜੂਗਾ 19 ਤੇ 300 ਕਿੰਨਾ ਹੋ ਗਿਆ ਬੱਚਿਓ 2200। ਤਾਂ ਆਪਣੇ ਕੋਲ ਜਿਹੜਾ ਅਮਾਉਂਟ ਆ ਹੁਣ ਕਿੰਨੀ ਬਣ ਗਈ ਬੱਚਿਓ 22 ਟਾਈਮਸ ਬਣ ਗਈ। ਆਪਣਾ ਆਂਸਰ ਕੀ ਆਊਗਾ ਇਹਦੇ ਵਿੱਚ, ਸੀ ਵਾਲਾ ਆਪਣਾ ਆਂਸਰ ਆਊਗਾ, ਕਿੰਨਾ ਆਂਸਰ ਆਊਗਾ ਬੱਚਿਓ ਆਪਣਾ 22 ਟਾਈਮਸ। ਠੀਕ ਹੈ ਜੀ, ਹਰ ਸਾਲ ਦੇਖੋ ਹਰ 12 ਸਾਲਾਂ ਬਾਅਦ ਕਿੰਨੇ ਦਾ ਫਰਕ ਪੈਂਦਾ ਬੱਚਿਓ, ਹਰ 12 ਸਾਲ ਬਾਅਦ ਕਿੰਨੇ ਦਾ ਫਰਕ ਪੈਂਦਾ ਬੱਚਿਓ ਆਪਣੇ ਕੋਲੇ 600 ਰੁਪਏ ਦਾ। ਇਹਨੂੰ ਆਪਾਂ ਇਸ ਤਰ੍ਹਾਂ ਸਮਝ ਰਹੇ ਹਾਂ, ਠੀਕ ਆ। ਉਸ ਤੋਂ ਅੱਗੇ ਆਪਾਂ ਨੂੰ ਹੋਰ ਸ਼ਾਰਟ ਤਰੀਕੇ ਨਾਲ ਕਿਵੇਂ ਕਰਾਂਗੇ, ਆਪਾਂ ਨੂੰ ਬੱਚਿਓ ਸ਼ਾਰਟ ਤਰੀਕੇ ਨਾਲ ਕਿਵੇਂ ਕਰ ਸਕਦੇ, ਦੇਖੋ ਆਪਣੇ ਕੋਲ ਦੇਖੋ ਕੀ ਦਿੱਤਾ ਹੋਇਆ ਸੀ ਕਿ ਆਪਾਂ ਨੂੰ ਇੰਨਾ ਪਤਾ ਲੱਗਿਆ ਬੱਚਿਓ ਕਿ 12 ਸਾਲਾਂ ਦੇ ਵਿੱਚ 12 ਸਾਲਾਂ ਦੇ
टाइम बचो 12 साल का गा 12 साल बचो कि फर्क पैदा गा अपने को 600 रुपए का कि फर्क पैदा बचो अपने को 600 रुपए का फर्क पैदा अपने को 12 साल कि फर्क पैदा बचो 600 का 600 का ब्याज बचो अपने किन्ने टाइम के मिलता है 12 साल एक साल के बचो कि मिलेगा एक साल के बचो कि मिलेगा 600/12 कैंसल करेंगे बचो कि आ गया 500 कि आ गया अपने को कि आ गया कैंसल करेंगे तो कि आ गया बचो 50 कैंसल करेंगे तो कि आ गया आ गया अपने को 50 क्योंकि 12 × 5 = 60 ला गई 0 तो कि आ गया 50 एक साल के बचो कि मिलता 50 किन्ने साल ने बचो 42 साल तो 42 साल के कि मिलेगा 50 × 42 देखो बच्चे 50 × 42 जो आप करेंगे तो कि बन गया बच्चे अपने को 2100 रुपया कि बन गया बच्चे अपने को 2100 रुपया तो आप 100 रुपया जमा करवाया बच्चे मूलधन ब्याज मिल गया बच्चे अपने 2100 तो कि बन गया बच्चे 2200 रुपया बन गया टोटल अमाउंट कि बन गई बच्चे 2200 अमाउंट बन गई मतलब की हो गया जी अमाउंट अपने को 22 टाइम्स बन गई अपना बच्चों की होगा सी वाला अपने को आंसर होगा इन आप एमए भी कर सकते ठीक है जी ये आप इस तरह के सवाल करते हैं उस तो बाद बच्चों की गल करते हैं हाँ जी देखो बच्चों सेकंड सवाल इस दे विच आपको दिता है भी इन्ने टाइम्स बन गई तो समा कि लगेगा की कह रहे एक सम ऑफ मनी बच्चों एक सम ऑफ मनी सिंपल इंटरस्ट साधारण ब्याज पे बिकम्स 36 टाइम इन ईयर 100 साल 100 साल बच्चो 100 साल 36 टाइम्स बनती है 36 टाइम्स बचो किन्ने टाइम 100 साल बचो 100 साल 36 टाइम्स बनती है ठीक है जी अगे कहने बचो अपने को 29 टाइम्स 29×29 टाइम्स किन्ने समय के बनगी बचो 29 टाइम्स किन्ने समय के बनगी आपको एवं पूछ रहे 29 टाइम्स बचो किन्ने समय के बनगी आपको इस तरह पूछ रहे अपना आंसर क्या होगा ठीक है देखो समझन दे तरीके ने आप इस तरह भी देख सकते बच्चो कि पूरा 100 साल लगते हैं पूरे 100 साल के बच्चो 36 टाइम्स होने का मतलब की है जेकर आप पैसे 100 रुपए जमा करवाइए बच्चो किन्ने पैसे जमा कराइए 100 रुपया वो कि बन जाएगा बच्चो 3600 बन जाएगा 100 रुपया आप जमा कराएगा कि बन गया बच्चो अपने को 3600 रुपया बन गया किन्ने टाइम के बच्चो 100 साल किन्ने समय के बच्चो 100 साल तो ब्याज कि मिल गया बच्चे अपन 3500 ब्याज कि मिल गया बच्चे अपन 3500 ब्याज कि मिल गया अपन बच्चे 3500 अपन की मिल गया ब्याज मिल गया ठीक है उस तो बाद आप अगली गल करिए 100 साल अपन ब्याज कि मिलता बच्चो 3500 रुपया जो 3500 रुपया बच्चे मिलता वो मिल जाएगा 100 साल हूँ आप गल करते हैं इन्होंने क्या कहा 29×29 बच्चो 29× का मतलब की आ जे आप 100 रुपए जमा करावे तो अपन ब्याज देखो बच्चो 100 रुपए आप जमा करावे तो अपन ब्याज कि बनना चाहिए बच्चो 2800 रुपया ब्याज कि बनना चाहिए बच्चो 2800 रुपया ब्याज फिर ही अपने को कि बनूगा 29 टाइम्स मतलब 3900 रुपया बनूगा ठीक है तो बच्चो अपन ब्याज कि बनना चाहिए 2800 रुपया ब्याज कि बनना चाहिए 2800 रुपया ब्याज समा पुछते कि समा लगेगा तो समा देखो बच्चो 100 साल 3500 बन जाएगा एक साल कि बनूगा आप लिखा 3500 बटा कि आ गया बच्चो 100 कैंसल करा बच्चो कि आ गया 35 एक साल बच्चो कि बन जाएगा 35 एक साल बच्चो कि बन जाएगा 35 हूँ आप देखते हैं भी 2800 रुपया किन्ने साल बनूगा आप करेंगे बच्चो 2800 35 डिवाइड करता 2800 35 डिवाइड करता देखो बच्चो सत आप पहला कह 7 × 35 7 × 28 8 × 40 तो बच्चो कि आंसर आ गया 80 साल अपना आंसर क्या गया बच्चो 80 साल अपना सी वाला बच्चो आंसर होगा कि आंसर होगा बच्चो ये अपना सी वाला आंसर होगा ठीक है आप इस तरह चीजों समझा ये यही सेम कंसैप्ट चल रहा है बच्चो ये अपना साधारण ब्याज सिंपल इंटरस्ट होंदा उहदे विच जिहड़ा ब्याज आ हर साल की जाना बच्चो सेम रहिंदा गा इस तरह के पीपीएससी के विच सवाल पुछे जांदे मोस्टली ये सवाल सिंपल हो गया कंपाउंड हो गया इन्ने साल के विच इन्ने टाइम्स होंदा तां अगले साल के विच किन्ने टाइम जो इस तरह के पीपीएससी के विच बच्चो सवाल पुछे जांदे आ उस तों बाद आपां अगली गल करदे आ अगला क्वेश्चन देखो बच्चो अगले क्वेश्चन च की कहंदे आ इन हाउ मैनी ईयर बच्चो किन्ने समय के विच इन हाउ मैनी ईयर किन्ने समय के विच बच्चो
ਵਿਲ ਵੀ ਸਿੰਪਲ ਇੰਟਰਸਟ ਬੱਚੇ ਜਿਹੜਾ ਸਿੰਪਲ ਇੰਟਰਸਟ ਆਪਣੇ ਕੋਲੇ ਸਧਾਰਨ ਵਿਆਜ ਠੀਕ ਆ ਔਨ ਦਾ ਸਮ ਆਫ ਮਨੀ ਵੀ ਇਕੁਅਲ ਟੂ ਦਾ 5 ਟਾਈਮਸ ਆਫ ਦਾ ਪ੍ਰਿੰਸੀਪਲ ਐਟ ਦਾ ਰੇਟ ਆਫ 25% ਬੱਚੇ ਜਿਹੜਾ ਰੇਟ ਆਪਣੇ ਕੋਲ 25% 25% ਲੱਗਦਾਗਾ ਕਿੰਨੇ ਸਮੇਂ ਦੇ ਵਿੱਚ ਜਿਹੜਾ ਪ੍ਰਿੰਸੀਪਲ ਦਾ 5 ਟਾਈਮਸ ਆਪਣੇ ਕੋਲੇ ਅਮਾਉਂਟ ਬਣਦੀ ਆ ਤਾਂ ਆਪਾਂ ਨੂੰ ਸਮਾਂ ਪੁੱਛਦੇ ਆ ਸਮਾਂ ਕਿੰਨਾ ਲੱਗੂਗਾ ਬੱਚੇ ਜਿਹੜਾ ਆਪਾਂ ਪੈਸੇ ਇਨਵੈਸਟ ਕੀਤੇ ਆ ਮੰਨ ਲਓ ਆਪਾਂ 100 ਰੁਪਏ ਇਨਵੈਸਟ ਕੀਤਾ ਜਿਹੜਾ ਆਪਣਾ ਪ੍ਰਿੰਸੀਪਲ ਆ ਬੱਚੇ ਉਹ ਕਿੰਨਾ ਗਾ 100 ਰੁਪਇਆ ਆਪਾਂ 100 ਰੁਪਏ ਵਿੱਚ ਇਨਵੈਸਟ ਕੀਤਾ ਆਪਣਾ ਪ੍ਰਿੰਸੀਪਲ ਕਿੰਨਾ ਗਾ 100 ਤੇ ਆਪਣੇ ਕੋਲ ਕਿੰਨੇ ਬਣਨੇ ਚਾਹੀਦੇ ਵਿੱਚੋਂ ਇਕੁਅਲ ਟੂ 5 ਟਾਈਮਸ ਆਫ ਦਾ ਪ੍ਰਿੰਸੀਪਲ ਇਕੁਅਲ ਟੂ 5 ਟਾਈਮ ਆਫ ਦਾ ਪ੍ਰਿੰਸੀਪਲ ਬੱਚੋ ਪ੍ਰਿੰਸੀਪਲ ਦਾ 5 ਟਾਈਮ ਮਤਲਬ ਕਿੰਨੇ ਬਣਨੇ ਚਾਹੀਦੇ ਆ ਜੇ ਆਪਾਂ 100 ਰੁਪਇਆ ਇਨਵੈਸਟ ਕਰਾਂਗੇ ਤਾਂ ਕਿੰਨਾ ਬਣਨੇ ਚਾਹੀਦੇ ਵਿੱਚੋਂ 500 ਬਣਨਾ ਚਾਹੀਦਾ ਕਿੰਨਾ ਬਣਨਾ ਚਾਹੀਦਾ ਬੱਚੋ 500 ਜੇ ਆਪਾਂ 100 ਰੁਪਇਆ ਇਨਵੈਸਟ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਬਣਨਾ ਚਾਹੀਦਾ ਬੱਚੋ 500 ਬਣਨਾ ਚਾਹੀਦਾ ਠੀਕ ਹੈ 500 ਰੁਪਇਆ ਤਦ ਬਣੂਗਾ ਜੇਕਰ ਆਪਾਂ ਨੂੰ ਇੰਟਰਸਟ ਬੱਚੋ ਇੰਟਰਸਟ ਮੀਨਸ ਵਿਆਜ ਜੇਕਰ ਬੱਚੋ ਆਪਾਂ ਨੂੰ ਇੰਟਰਸਟ ਕਿੰਨਾ ਮਿਲੂਗਾ 400 ਰੁਪਇਆ ਇੰਟਰਸਟ ਕਿੰਨਾ ਮਿਲੂਗਾ ਬੱਚੋ ਜੇਕਰ ਆਪਾਂ ਨੂੰ ਇੰਟਰਸਟ ਕਿੰਨਾ ਮਿਲੂਗਾ 400 ਰੁਪਇਆ ਠੀਕ ਆ ਹੁਣ 400 ਰੁਪਇਆ ਇੰਟਰਸਟ ਦਾ ਮਤਲਬ 25% ਆਪਾਂ ਨੂੰ ਹਰ ਸਾਲ ਮਿਲਦਾ ਗਾ 25% ਇੰਟਰਸਟ ਆਪਾਂ ਨੂੰ ਹਰ ਸਾਲ ਮਿਲਦਾ 25% ਦਾ ਬੱਚੋ ਕੀ ਮਤਲਬ ਜਿਹੜੀ ਆਪਾਂ ਇਨਵੈਸਟਮੈਂਟ ਹੋ ਗਈ ਜਦੋਂ ਵੀ ਆਪਾਂ ਪਰਸੈਂਟੇਜ ਦੇ ਵਿੱਚ ਦੇਖਦੇ ਆ ਇਹ ਆਪਣੀ ਇਨਵੈਸਟਮੈਂਟ ਮੂਲਧਨ ਜਿਹੜਾ ਆਪਣਾ ਪ੍ਰਿੰਸੀਪਲ ਹੁੰਦਾ ਬੱਚੋ ਕਿੰਨਾ ਹੁੰਦਾਗਾ ਉਹ ਹੁੰਦਾ 100% 100% ਉਹਦਾ ਪ੍ਰਿੰਸੀਪਲ ਦਾ ਆਪਾਂ ਨੂੰ 25% ਹਰ ਸਾਲ ਮਿਲਦਾਗਾ ਰੇਟ ਆਫ ਇੰਟਰਸਟ ਦਾ ਮਤਲਬ ਹੈ ਜੇ ਆਪਾਂ 100 ਰੁਪਏ ਇਨਵੈਸਟ ਕਰਾਂਗੇ ਅਗਲੇ ਸਾਲ ਆਪਾਂ ਨੂੰ 25% ਮਿਲੂਗਾ 100 ਦਾ ਕਿੰਨਾ ਬਣ ਜੂ 125 ਤਾਂ ਮੈਂ ਇਹ ਗੱਲ ਕਹਿ ਸਕਦਾ ਗਾ ਆਪਾਂ ਨੂੰ ਕਿੰਨਾ ਮਿਲਣਾ ਚਾਹੀਦਾਗਾ 400 ਰੁਪਏ ਵਿਆਜ 400 ਰੁਪਏ ਦਾ ਵਿਆਜ ਮਤਲਬ ਇਹ ਹੈ ਜੇ ਆਪਾਂ 100% ਇਨਵੈਸਟ ਕਰਦੇ ਆ ਪੈਸੇ ਤਾਂ ਆਪਣੇ ਕੋਲ ਟੋਟਲ ਕਿੰਨੇ ਬਣਨੇ ਚਾਹੀਦੇ ਆ 500% ਕਿੰਨੇ ਬਣਨੇ ਚਾਹੀਦੇ ਬੱਚੋ 500% ਵਿਆਜ ਕਿੰਨਾ ਮਿਲਣਾ ਚਾਹੀਦਾ ਬੱਚੋ ਆਪਾਂ ਨੂੰ ਮਿਲਣਾ ਚਾਹੀਦਾ 400% ਵਿਆਜ ਕਿੰਨਾ ਮਿਲਣਾ ਚਾਹੀਦਾ ਬੱਚੋ 400% ਵਿਆਜ ਮਿਲਣਾ ਚਾਹੀਦਾ ਆਪਾਂ ਨੂੰ 400% ਹਰ ਸਾਲ ਕਿੰਨਾ ਮਿਲਦਾ ਬੱਚੋ 25% ਤਾਂ ਕਿੰਨਾ ਸਮਾਂ ਲੱਗੂਗਾ 25 ਨੂੰ ਕੈਂਸਲ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਗਿਆ 4 ਕਿੰਨਾ ਆ ਗਿਆ 16 ਸਾਲ ਤਾਂ ਆਪਣੇ ਕੋਲ ਬੱਚੋ ਆਨਸਰ ਕੀ ਆਊਗਾ 16 ਸਾਲ ਹਰ ਸਾਲ 25% ਜੁੜਦਾ ਗਿਆ ਬੱਚੋ ਤਾਂ 16 ਸਾਲਾਂ ਦੇ ਵਿੱਚ ਆਪਣੇ ਕੋਲੇ ਕੀ ਹੋ ਜਾਊਗਾ ਕਿ ਜਿਹੜੀ ਆਪਾਂ ਪ੍ਰਿੰਸੀਪਲ ਇਨਵੈਸਟ ਕਰਦੇ ਆ ਉਹਦਾ 5 ਟਾਈਮਸ ਆਪਣੇ ਕੋਲੇ ਅਮਾਉਂਟ ਬਣ ਜਾਊਗੀ ਠੀਕ ਹੈ ਹਰ ਸਾਲ ਕਿੰਨਾ ਜੀ 25% ਜੁੜਦਾ ਗਿਆ ਅਗਲਾ ਦੇਖਦੇ ਆ ਬੱਚੋ ਹਾਂਜੀ ਬੱਚੋ ਦੇਖੋ ਬਿਲਕੁਲ ਸੇਮ ਉਸ ਤਰ੍ਹਾਂ ਦਾ ਹੀ ਸਵਾਲ ਹੈ ਹਾਂਜੀ ਇਹਦੇ ਵਿੱਚ ਕੀ ਕਹਿੰਦਾ ਇਨ ਹਾਊ ਮੈਨੀ ਈਅਰ ਬੱਚੋ ਕਿੰਨੇ ਸਮੇਂ ਦੇ ਵਿੱਚ ਦਾ ਸਿੰਪਲ ਇੰਟਰਸਟ ਇਨ ਹਾਊ ਮੈਨੀ ਈਅਰ ਬੱਚੋ ਕਿੰਨੇ ਸਮੇਂ ਦੇ ਵਿੱਚ ਦਾ ਸਿੰਪਲ ਇੰਟਰਸਟ ਸਮ ਆਫ ਮਨੀ ਵੀ ਇਕੁਅਲ ਟੂ ਦਾ ਪ੍ਰਿੰਸੀਪਲ ਬੱਚੋ ਕਿੰਨੇ ਸਮੇਂ ਦੇ ਵਿੱਚ ਜਿਹੜੇ ਪੈਸੇ ਆਪਾਂ ਇਨਵੈਸਟ ਕੀਤੇ ਆ ਉਹ ਜਿਹੜਾ ਇੰਟਰਸਟ ਆ ਬੱਚੋ ਉਹ ਕਿਹਦੇ ਬਰਾਬਰ ਵਗ ਜੇ ਪ੍ਰਿੰਸੀਪਲ ਦੇ ਬਰਾਬਰ ਵਗ ਜੇ ਜਦ ਰੇਟ ਆਫ ਇੰਟਰਸਟ ਆ ਬੱਚੋ ਕਿੰਨਾ ਲੱਗਦਾ ਆਪਣੇ ਕੋਲੇ 12.5% ਬੱਚੇ ਜਿਹੜਾ ਰੇਟ ਆਫ ਇੰਟਰਸਟ ਆ ਉਹ ਆਪਣੇ ਕੋਲ ਕਿੰਨਾ ਲੱਗਦਾ 12.5% 12.5% ਹੁਣ ਦੇਖੋ ਬੱਚੋ ਆਪਾਂ ਕਿਵੇਂ ਕਰਾਂਗੇ ਆਪਣੇ ਕੋਲੇ ਪ੍ਰਿੰਸੀਪਲ ਜੋ ਆਪਾਂ ਇਨਵੈਸਟ ਕਰਾਂਗੇ ਬੱਚੋ ਕਿੰਨਾ ਆਊਗਾ ਆਪਣੇ ਕੋਲੇ 100% ਠੀਕ ਹੈ ਆਪਣਾ ਜਿਹੜਾ ਇੰਟਰਸਟ ਆ ਬੱਚੋ ਪ੍ਰਿੰਸੀਪਲ ਦੇ ਬਰਾਬਰ ਬਣੇ ਇਹਦਾ ਮਤਲਬ ਆਪਣਾ ਇੰਟਰਸਟ ਬੱਚੋ ਕਿੰਨਾ ਬਣਨਾ ਚਾਹੀਦਾ ਗਾ ਇੰਟਰਸਟ ਬੱਚੋ ਆਪਣਾ ਬਣਨਾ ਚਾਹੀਦਾ 100% ਇੰਟਰਸਟ ਕਿੰਨਾ ਬਣਨਾ ਚਾਹੀਦਾ ਬੱਚੋ 100% ਇੰਟਰਸਟ ਕਿੰਨਾ ਬਣੂਗਾ ਆਪਣਾ 100% ਬੱਚੋ ਆਪਣਾ ਇੰਟਰਸਟ ਬਣਨਾ ਚਾਹੀਦਾ ਗਾ ਤਾਂ ਕਿ ਉਹ ਆਪਣਾ ਜਿਹੜਾ ਇੰਟਰਸਟ ਆ ਉਹ ਪ੍ਰਿੰਸੀਪਲ ਦੇ ਬਰਾਬਰ ਚਲਾ ਜਾਵੇ ਜੇ ਪ੍ਰਿੰਸੀਪਲ ਦੇ ਬਰਾਬਰ ਚਲੇ ਤਾਂ ਆਪਣੇ ਕੋਲ 100% ਕੀ ਬਣੂਗਾ ਇੰਟਰਸਟ ਬਟ ਬੱਚੋ ਜਿਹੜਾ ਰੇਟ ਆਫ ਇੰਟਰਸਟ ਆ ਜਿਹੜਾ ਰੇਟ ਆਫ ਇੰਟਰਸਟ ਆ ਬੱਚੋ ਆਪਣੇ ਕੋਲ ਕਿੰਨਾ ਲੱਗਦਾ ਗਾ 12.5% ਠੀਕ ਆ ਕਿੰਨਾ ਲੱਗਦਾ ਬੱਚੋ 12.5% ਬੱਚੋ 12.5% ਕਿੰਨਾ ਹੁੰਦਾ ਗਾ 100 ਦਾ 8ਵਾਂ ਹਿੱਸਾ ਦੇਖੋ 12.5% ਆ ਬੱਚੋ ਨੂੰ 12.5% ਨੂੰ ਅਗਰ ਆਪਾਂ ਦੇਖਾਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ ਡਿਵਾਈਡ ਕਰਕੇ ਦੇਖਾਂਗੇ ਆਪਣੇ ਕੋਲ ਕਿੰਨਾ ਬਣੂਗਾ ਬੱਚੋ 1/8 12.5% ਦੇਖੋ ਬੱਚੋ 25% ਕਿੰਨਾ ਹੁੰਦਾ ਆਪਣੇ ਕੋਲੇ 1/4 12.5% ਵਿੱਚੋਂ ਕਿੰਨਾ ਹੋਊਗਾ ਆਪਣੇ ਕੋਲੇ 1/8 ਤਾਂ 12.5% ਕਿੰਨਾ ਹੋਊਗਾ 1/8 12.5% ਕਿੰਨਾ ਹੁੰਦਾ 100 ਦਾ 8ਵਾਂ ਹਿੱਸਾ ਦਾ ਬੱਚੋ ਆਪਾਂ ਨੂੰ 8 ਸਾਲ ਲੱਗਣਗੇ ਜੇ ਆਪਾਂ 12.5 ਦੀ 8 ਦੇ ਨਾਲ ਗੁਣਾ ਕਰਾਂਗੇ 8 ਪਾਇਆ ਕਿੰਨਾ ਹੋ ਗਿਆ 40 ਅੱਗੇ ਗੁਣਾ ਕਰਾਂਗੇ ਬੱਚੋ ਕਿੰਨਾ ਬਣ ਗਿਆ ਆਪਣੇ ਕੋਲੇ 16 0 ਆ ਗਿਆ ਕਿੰਨਾ ਬਣ ਗਿਆ ਬੱਚੋ 10 ਆਪਣੇ ਕੋਲ ਕਿੰਨਾ ਬਣ ਗਿਆ ਬੱਚੋ 100%
ਕਿੰਨਾ ਬਣ ਗਿਆ ਬੱਚੋ 100% ਤਾਂ ਅਗਰ ਆਪਾਂ 12.5 ਦੀ ਵਿੱਚੋਂ 8 ਦੇ ਨਾਲ ਗੁਣਾ ਕਰਾਂਗੇ ਤਾਂ ਆਪਣਾ ਉੱਤਰ ਕਿੰਨਾ ਬਣ ਗਿਆ 100% ਆਪਣਾ ਆਨਸਰ ਕੀ ਹੋਊਗਾ ਬੀ ਵਾਲਾ 8 ਸਾਲਾਂ ਦੇ ਵਿੱਚ ਜਿਹੜੀ ਆਪਣੀ ਇੰਟਰਸਟ ਦਾ ਵਿੱਚੋਂ ਪ੍ਰਿੰਸੀਪਲ ਦੇ ਬਰਾਬਰ ਚਲਾ ਜਾਊਗਾ ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਹਾਂਜੀ ਬੱਚੋ ਦੇਖੋ ਆ ਇਸ ਤਰ੍ਹਾਂ ਦਾ ਸਵਾਲ ਆਪਾਂ ਪਿੱਛੇ ਜਿਹਾ ਆਪਣਾ ਨੈਬ ਤਹਿਸੀਲਦਾਰ ਦਾ ਪੇਪਰ ਵੀ ਹੋਇਆ ਸੀ ਉਹਦੇ ਵਿੱਚ ਜਿਹੜੇ ਸਵਾਲ ਸੀ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ ਸਿੰਪਲ ਇੰਟਰਸਟ ਦੀ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਬਣਾ ਕੇ ਸਵਾਲ ਪੁੱਛੇ ਜਾਂਦੇ ਆ ਇਹ ਸਵਾਲ ਆਪਾਂ ਤੋਂ ਪੁੱਛੇ ਤਦ ਹੁੰਦੇ ਜਦੋਂ ਆਪਾਂ ਨੂੰ ਕਨਸੈਪਟ ਦੀ ਕਲੈਰਿਟੀ ਹੁੰਦੀ ਆ ਜਿਵੇਂ ਬੱਚੋ ਆ ਲਿਖਿਆ ਹੋਇਆ ਦ ਸਿੰਪਲ ਇੰਟਰਸਟ ਐਟ ਦ ਐਂਡ ਆਫ ਟੀ ਈਅਰ ਬੱਚੋ ਟਾਈਮ ਕਿੰਨਾ ਕੋਈ ਟੀ ਟਾਈਮ ਆ ਕੋਈ ਟੀ ਈਅਰ ਲੱਗੇ ਨੇ ਕੋਈ ਟੀ ਸਾਲ ਲੱਗੇ ਆ ਠੀਕ ਆ ਕੀਤੇ ਰੇਟ ਆਫ ਇੰਟਰਸਟ ਕੀ ਬੱਚੋ ਆਰ ਰੇਟ ਆਫ ਇੰਟਰਸਟ ਬੱਚੋ ਕਿੰਨਾ ਕੋਈ ਆਰ ਰੇਟ ਆਫ ਇੰਟਰਸਟ ਆ ਕੀ ਸੀ ਆਪਣੇ ਕੋਲੇ ਕੋਈ ਜਿਹੜੀ ਪ੍ਰਿੰਸੀਪਲ ਸੀ ਬੱਚੋ ਉਹ ਕਿੰਨਾ ਸੀ ਕੋਈ ਪੀ ਅਮਾਉਂਟ ਸੀ ਉੱਤੇ ਜਿਹੜਾ ਵਿਆਜ ਆ ਬੱਚੋ ਕਿੰਨਾ ਬਣ ਗਿਆ 60 ਰੁਪਏ ਬਣ ਗਿਆ ਵਿਆਜ ਕਿੰਨਾ ਬਣ ਗਿਆ ਬੱਚੋ ਉੱਤੇ 60 ਰੁਪਏ ਬਣ ਗਿਆ ਅੱਗੇ ਕਹਿੰਦੇ ਆ ਵਟ ਵਿਲ ਬੀ ਦਾ ਸਿੰਪਲ ਇੰਟਰਸਟ ਬੱਚੋ ਕੀ ਸਿੰਪਲ ਇੰਟਰਸਟ ਹੋਊਗਾ ਜੇ ਸੇਮ ਆਪਣੇ ਕੋਲੇ ਸਮ ਹੋਵੇ ਮਤਲਬ ਸੇਮ ਸਮ ਵੀ ਪਹਿਲਾਂ ਵੀ ਆਪਾਂ ਜਿਹੜੀ ਇਨਵੈਸਟ ਕੀਤੀ ਸੀ ਉਹ ਪੀ ਕੀਤੀ ਸੀ ਹੁਣ ਵੀ ਬੱਚੋ ਆਪਾਂ ਇਨਵੈਸਟ ਕਰਾਂਗੇ ਉਹ ਕੀ ਕਰਾਂਗੇ ਆਪਾਂ ਪੀ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਟਾਈਮ ਬੱਚੋ ਕਿੰਨਾ ਗਾ 5t ਟਾਈਮ ਬੱਚੋ ਟੀ ਤੋਂ ਕਿੰਨਾ ਹੋ ਗਿਆ 5t ਹੋ ਗਿਆ ਮੰਨ ਲਓ ਜੇ ਪਹਿਲਾਂ 5 ਸਾਲ ਸੀ ਨੂੰ 5 ਦੇ ਨਾਲ ਗੁਣਾ ਕਰਾਂਗੇ ਤਾਂ 25 ਸਾਲ ਹੋ ਗਏ 5t ਹੋ ਗਿਆ ਐਂਡ ਜਿਹੜਾ ਰੇਟ ਆਫ ਇੰਟਰਸਟ ਆ ਬੱਚੋ ਉਹ ਆਰ ਅਪੋਨ 3 ਰੇਟ ਆਫ ਇੰਟਰਸਟ ਬੱਚੋ ਕਿੰਨਾ ਹੋ ਗਿਆ ਆਰ ਅਪੋਨ 3 ਮਤਲਬ ਜੇ ਆਪਣੇ ਕੋਲ ਪਹਿਲਾਂ ਰੇਟ ਹੈਗਾ ਸੀ 12 ਦਾ ਹੁਣ ਆਪਾਂ 3 ਨਾਲ ਡਿਵਾਈਡ ਕਰਾਂਗੇ ਤਾਂ ਹੁਣ ਕਿੰਨਾ ਰੇਟ ਰਹੇਗਾ 4 ਬੱਚੋ ਆਰ ਕੀ ਹੋ ਗਈ ਡਿਵਾਈਡ ਹੋ ਗਈ 3 ਦੇ ਨਾਲ ਜਿਹੜਾ ਸਮਾਂ ਹੈਗਾ ਉਹ 5 ਦੇ ਨਾਲ ਗੁਣਾ ਹੋ ਗਿਆ ਆਪਾਂ ਨੂੰ ਬੱਚੋ ਇੰਟਰਸਟ ਪੁੱਛਦੇ ਵੀ ਹੁਣ ਇੰਟਰਸਟ ਕਿੰਨਾ ਬਣੂਗਾ ਆਪਾਂ ਕਹਾਂਗੇ ਬੱਚੋ ਪਹਿਲਾਂ ਕੀ ਇਨਵੈਸਟ ਕੀਤਾ ਆਪਾਂ ਕੋਈ ਪੀ ਆਪਣੇ ਕੋਲ ਕੋਈ ਪੀ ਇਨਵੈਸਟ ਕੀਤੀ ਸੀ ਰੇਟ ਵਿੱਚੋਂ ਆਪਣੇ ਕੋਲ ਕੀ ਆ ਰੇਟ ਆਪਣੇ ਕੋਲ ਵਿੱਚੋਂ ਕੀ ਆ ਕੋਈ ਆਰ ਰੇਟ ਤੇ ਆ ਠੀਕ ਆ ਟਾਈਮ ਵਿੱਚੋਂ ਕੀ ਸੀ ਪਹਿਲਾਂ ਆਪਣੇ ਕੋਲ ਜਿਹੜਾ ਟਾਈਮ ਆ ਉਹ ਕੀ ਆਪਣੇ ਕੋਲ ਕੋਈ ਟੀ ਟਾਈਮ ਆ ਠੀਕ ਹੈ ਕੋਈ ਟੀ ਟਾਈਮ ਆ ਇਹਦਾ ਆਪਣੇ ਕੋਲ ਫਸਟ ਹੋ ਗਿਆ ਸੈਕਿੰਡ ਦੇ ਵਿੱਚ ਦੇਖੋ ਬੱਚੋ ਆਪਣੇ ਕੋਲ ਸੇਮ ਕੀ ਆ ਜਿਹੜਾ ਆਪਣੇ ਕੋਲ ਸਮ ਆ ਜਿਹੜਾ ਆਪਣਾ ਪ੍ਰਿੰਸੀਪਲ ਆ ਵਿੱਚੋਂ ਕੀ ਆ ਸੇਮ ਪ੍ਰਿੰਸੀਪਲ ਕੀ ਆਪਣੇ ਕੋਲ ਸੇਮ ਪੀ ਉਸ ਤੋਂ ਬਾਅਦ ਰੇਟ ਆ ਰੇਟ ਵਿੱਚੋਂ ਆਪਣਾ ਕਿੰਨਾ ਹੋ ਗਿਆ ਆਰ ਵਟਾ 3 ਰੇਟ ਕੀ ਹੋ ਗਿਆ ਬੱਚੋ ਆਰ ਵਟਾ 3% ਰੇਟ ਕੀ ਹੋ ਗਿਆ ਬੱਚੋ ਆਪਣੇ ਕੋਲ ਆਰ ਵਟਾ 3% ਮੀਨਸ ਕੀ ਹੁੰਦਾ ਗਾ ਕਿ ਰੇਟ ਆਪਣੇ ਕੋਲ 3 ਟਾਈਮਸ ਕੀ ਹੋ ਗਿਆ ਲੈਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਟਾਈਮ ਆ ਬੱਚੋ ਉਹ ਹੋ ਗਿਆ 5 ਟਾਈਮਸ ਜਿਹੜਾ ਟਾਈਮ ਆ ਬੱਚੋ ਕੀ ਹੋ ਗਿਆ 5 ਟਾਈਮਸ ਹੋ ਗਿਆ ਤਾਂ ਆਪਣੇ ਕੋਲ ਇੰਟਰਸਟ ਕਿੰਨਾ ਬਣੂਗਾ ਬੱਚੋ ਪਹਿਲਾਂ ਇੰਟਰਸਟ ਕਿੰਨਾ ਸੀ ਆਪਣੇ ਕੋਲ 60 ਰੁਪਏ ਪਹਿਲਾਂ ਇੰਟਰਸਟ ਬੱਚੋ ਕਿੰਨਾ ਆਪਣੇ ਕੋਲ 60 ਰੁਪਏ ਠੀਕ ਆ ਦੇਖੋ ਬੱਚੋ ਆਪਾਂ ਨੂੰ ਸਾਫ਼ ਗੱਲ ਪਤਾ ਜਿਹੜਾ ਸਿੰਪਲ ਇੰਟਰਸਟ ਦੇ ਵਿੱਚ ਜਿਹੜਾ ਆਪਣਾ ਇੰਟਰਸਟ ਆ ਉਹ ਕਿੰਨਾ ਚੀਜ਼ਾਂ ਤੇ ਡਿਪੈਂਡ ਕਰਦਾ ਰੇਟ ਆਫ ਇੰਟਰਸਟ ਐਂਡ ਟਾਈਮ ਠੀਕ ਆ ਬੱਚੋ ਰੇਟ ਆਫ ਇੰਟਰਸਟ ਐਂਡ ਟਾਈਮ ਹੁਣ ਜੇ ਟਾਈਮ ਬੱਚੋ 5 ਗੁਣਾ ਹੋ ਜੇ ਤਾਂ ਆਪਣੇ ਕੋਲ ਜਿਹੜਾ ਇੰਟਰਸਟ ਆ ਉਹ ਵੀ 5 ਗੁਣਾ ਹੋਊਗਾ ਜੇ ਬੱਚੋ ਰੇਟ 3 ਟਾਈਮਸ ਘਟ ਗਿਆ ਤਾਂ ਆਪਣੇ ਕੋਲ ਜਿਹੜਾ ਇੰਟਰਸਟ ਆ ਬੱਚੋ 3 ਟਾਈਮਸ ਘਟ ਜਾਊਗਾ ਤਾਂ ਆਪਾਂ ਦੇਖੋ ਇਸ ਤਰ੍ਹਾਂ ਕਰਾਂਗੇ ਪਹਿਲਾਂ ਇੰਟਰਸਟ ਮਿਲਦਾ ਆਪਾਂ ਨੂੰ 60 ਹੁਣ ਬੱਚੋ ਰੇਟ ਕਿੰਨਾ ਹੋ ਗਿਆ ਆਰ ਵਟਾ 3 ਤਾਂ ਆਪਣੇ ਕੋਲ 3 ਟਾਈਮਸ ਘਟ ਗਿਆ ਬਟ ਬੱਚੋ ਸਮਾਂ ਕੀ ਹੋ ਗਿਆ 5 ਗੁਣਾ ਹੋ ਗਿਆ ਤਾਂ ਆਪਾਂ 5 ਗੁਣਾ ਦੇਣਾ ਕਰਤੀ ਕੱਟਾਂਗੇ ਬੱਚੋ ਕਿੰਨੇ ਤੇ ਗਿਆ 20 ਤੇ 20 ਨੂੰ ਗੁਣਾ ਕਰਾਂਗੇ 5 ਨਾਲ ਬੱਚੋ ਕਿੰਨਾ ਆ ਗਿਆ ਆਪਣੇ ਕੋਲੇ 100 ਰੁਪਏ ਹੁਣ ਬੱਚੋ ਇੰਟਰਸਟ ਕਿੰਨਾ ਹੋਊਗਾ ਆਪਣੇ ਕੋਲੇ 100 ਰੁਪਏ ਬੱਚੋ ਆਪਣਾ ਇੰਟਰਸਟ ਆਊਗਾ ਆਪਣੇ ਕੋਲੇ ਆਪਣੇ ਕੋਲੇ ਇੰਟਰਸਟ ਕਿੰਨਾ ਹੋਊ ਬੱਚੋ 100 ਰੁਪਏ ਆਪਣਾ ਕੀ ਆਊਗਾ ਆਪਣੇ ਕੋਲ ਏ ਵਾਲਾ ਬੱਚੋ ਆਨਸਰ ਆਊਗਾ ਆਪਣੇ ਕੋਲੇ 100 ਰੁਪਏ ਕੀ ਆਊਗਾ ਇੰਟਰਸਟ ਆਊਗਾ ਤਾਂ ਆਪਣਾ ਇੰਟਰਸਟ ਕਿੰਨਾ ਹੋਊਗਾ ਬੱਚੋ 100 ਰੁਪਏ ਦੇਖੋ ਆਪਣੇ ਕੋਲੇ ਪਹਿਲਾਂ ਇੰਟਰਸਟ ਸੀ ਕਿੰਨਾ 60 ਕੀ ਹੋ ਗਿਆ ਬੱਚੋ ਉਹਦੇ ਵਿੱਚੋਂ ਰੇਟ ਆਫ ਇੰਟਰਸਟ 1/3 ਹੋ ਗਿਆ ਰੇਟ ਆਫ ਇੰਟਰਸਟ ਕਿੰਨਾ ਹੋ ਗਿਆ ਬੱਚੋ 1/3 ਜੇ ਇੰਟਰਸਟ ਪਹਿਲਾਂ ਆਪਾਂ ਨੂੰ ਵਿਆਜ 60 ਮਿਲਦਾ ਹੁਣ ਬੱਚੋ ਵਿਆਜ ਕਿੰਨਾ ਮਿਲੂਗਾ 20 ਕਿੰਨਾ ਮਿਲੂਗਾ ਵਿਆਜ 20 ਜੇ ਬੱਚੋ 1 ਸਾਲ ਦੇ ਵਿੱਚ ਮੰਨ ਲਓ ਕਿ ਜਿਹੜਾ ਟੀ ਟਾਈਮ ਹੈ 1 ਸਾਲ ਆ 1 ਸਾਲ ਦੇ ਵਿੱਚ ਜੇ ਆਪਾਂ ਨੂੰ 20 ਮਿਲਦਾ ਤਾਂ 5 ਸਾਲਾਂ ਦੇ ਵਿੱਚ ਬੱਚੋ ਕਿੰਨਾ ਮਿਲੂਗਾ ਗੁਣਾ 5 ਹੋ ਜਾਊਗਾ 20 ਪਾਇਆ ਬੱਚੋ ਕਿੰਨਾ ਹੁੰਦਾਗਾ 100 ਆਪਣਾ ਆਨਸਰ ਕਿੰਨਾ ਹੋਊਗਾ ਬੱਚੋ 100 ਆਪਣਾ ਏ ਵਾਲਾ ਦੇ ਵਿੱਚ ਆਨਸਰ ਆਊਗਾ ਇੱਥੇ ਆਪਾਂ ਨੂੰ ਸਹੀ ਕਰ ਲਾਂਗੇ ਆਨਸਰ ਕਿੰਨਾ ਬੱਚੋ ਆਪਣਾ 100 ਏ ਵਾਲਾ ਆਪਣਾ ਆਨਸਰ ਹੈ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆਪਾਂ ਦੇਖੋ ਵੀ ਬੱਚੋ ਬਿਲਕੁਲ ਸੇਮ ਉਸ ਤਰ੍ਹਾਂ ਦਾ ਹੀ ਕੁਐਸਚਨ ਆ ਬਿਲਕੁਲ ਸੇਮ ਉਸ ਤਰ੍ਹਾਂ ਦਾ ਹੀ ਕੁਐਸਚਨ ਆ ਕੀ ਕਿਹਾ ਹੋਇਆ ਇਹਦੇ ਵਿੱਚ ਦ ਸਿੰਪਲ ਇੰਟਰਸਟ ਐਟ ਦ ਐਂਡ ਆਫ ਟੀ ਈਅਰ ਬੱਚੋ ਟਾਈਮ ਕੀ ਆ ਕੋਈ ਟੀ ਈਅਰ ਦੇ ਵਿੱਚ ਜਿਹੜਾ ਸਿੰਪਲ ਇੰਟਰਸਟ ਆ ਰੇਟ ਆਫ ਇੰਟਰਸਟ ਕੀ ਆ ਬੱਚੋ ਆਰ ਪਰਸੈਂਟ ਠੀਕ ਆ
ਕਿਤੇ ਲੱਗਦਾ ਕਿਸੇ ਪੀ ਕਿਸੇ ਪ੍ਰਿੰਸੀਪਲ ਤੇ ਲੱਗਦਾ ਇੰਟਰਸਟ ਵਿੱਚੋਂ ਕਿੰਨਾ ਆਪਣਾ 1000 ਇੰਟਰਸਟ ਕਿੰਨਾ ਗਾ ਆਪਣੇ ਕੋਲੇ ਸੋਰੀ ਇੰਟਰਸਟ ਕਿੰਨਾ ਵਿੱਚ ਆਪਣੇ ਕੋਲੇ 100 ਇੰਟਰਸਟ ਕਿੰਨਾ ਆਪਣੇ ਕੋਲੇ 100 ਉਸ ਤੋਂ ਬਾਅਦ ਵਟ ਵਿਲ ਬੀ ਸਿੰਪਲ ਇੰਟਰਸਟ ਹੁੰਦਾ ਸੇਮ ਉੱਥੇ ਟਾਈਮ ਕਿੰਨਾ ਸੀ ਬੱਚੋ ਕੱਲਾ ਟੀ ਇੱਥੇ ਕੀ ਹੋ ਗਿਆ ਬੱਚੋ 3t ਕਿੰਨਾ ਹੋ ਗਿਆ 3t ਤੇ ਰੇਟ ਆਫ ਇੰਟਰਸਟ ਵਿੱਚੋਂ ਕਿੰਨਾ ਹੋ ਗਿਆ 2r ਰੇਟ ਆਫ ਇੰਟਰਸਟ ਵਿੱਚੋਂ ਕਿੰਨਾ ਹੋ ਗਿਆ 2r ਹੋ ਗਿਆ ਆਪਾਂ ਕਹਾਂਗੇ ਆਪਾਂ ਨੇ ਕੋਲੇ ਇਨਵੈਸਟਮੈਂਟ ਕੀ ਹੈ ਇਨਵੈਸਟਮੈਂਟ ਕੀ ਹੈ ਬੱਚੋ ਪੀ ਠੀਕ ਹੈ ਟਾਈਮ ਕੀ ਹੈ ਬੱਚੋ ਟੀ ਰੇਟ ਆਫ ਇੰਟਰਸਟ ਕੀ ਹੈ ਆਰ ਇੰਟਰਸਟ ਵਿੱਚੋਂ ਕਿੰਨਾ ਆਪਣੇ ਕੋਲੇ 100 100 ਰੁਪਏ ਵਿੱਚੋਂ ਆਪਣੇ ਕੋਲ ਕੀ ਹੈ ਇੰਟਰਸਟ ਇੰਟਰਸਟ ਕਿੰਨਾ ਵਿੱਚੋਂ ਆਪਣੇ ਕੋਲੇ 100 ਰੁਪਏ ਹੁਣ ਉਸ ਤੋਂ ਬਾਅਦ ਆਪਾਂ ਜਿਹੜੀ ਪ੍ਰਿੰਸੀਪਲ ਹੈ ਉਹ ਤਾਂ ਸੇਮ ਰੱਖੀ ਆ ਪ੍ਰਿੰਸੀਪਲ ਦੇ ਵਿੱਚ ਸੇਮ ਰੱਖੀ ਆਪਾਂ ਟੀ ਆਪਣੇ ਕੋਲ ਵਿੱਚੋਂ ਕਿੰਨੀ ਹੋ ਗਈ 3t ਸਮਾਂ ਕਿੰਨਾ ਹੋ ਗਿਆ 3 ਗੁਣਾ ਆਰ ਕਿੰਨੀ ਹੋ ਗਈ ਬੱਚੋ 2 ਟਾਈਮਸ ਆਰ ਕਿੰਨੀ ਹੋ ਗਈ ਬੱਚੋ ਆਪਣੇ ਕੋਲੇ 2 ਟਾਈਮਸ ਤਾਂ ਆਪਣਾ ਬੱਚੋ ਇੰਟਰਸਟ ਕਿੰਨਾ ਬਣੂਗਾ ਆਪਾਂ ਕਹਾਂਗੇ ਪਹਿਲਾਂ ਕਿੰਨਾ ਸੀ 100 ਹੁਣ ਟਾਈਮ ਕਿੰਨਾ ਹੋ ਗਿਆ 3 ਟਾਈਮਸ ਤਾਂ 300 ਹੋ ਜਾਊਗਾ ਉਸ ਤੋਂ ਬਾਅਦ ਰੇਟ ਹੈ ਬੱਚੋ ਉਹ ਵੀ ਦੁੱਗਣਾ ਹੋ ਗਿਆ ਕਿੰਨਾ ਹੋ ਗਿਆ 2r ਤਾਂ 2 ਦੇ ਨਾਲ ਹੋਰ ਮਲਟੀਪਲਾਈ ਹੋ ਜਾਊਗਾ ਤਾਂ ਬੱਚੋ ਆਪਣੇ ਕੋਲ ਕਿੰਨਾ ਗਿਆ 6 ਇੰਟੂ 100 ਤਾਂ ਬੱਚੋ ਕਿੰਨਾ ਆ ਗਿਆ ਆਪਣੇ ਕੋਲੇ 600 ਆ ਗਿਆ ਆਨਸਰ ਕਿੰਨਾ ਹੋਊਗਾ ਬੱਚੋ ਆਪਣੇ ਕੋਲੇ 600 ਆਨਸਰ ਆਊਗਾ ਬੀ ਵਾਲਾ ਬੱਚੋ ਇਹਦੇ ਵਿੱਚ ਆਪਣਾ ਆਨਸਰ ਹੋਊਗਾ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਠੀਕ ਹੈ ਜੀ ਬੱਚੇ ਜਿਹੜੇ ਆਪਣੇ ਸਵਾਲ ਸੀ ਮੋਸਟਲੀ ਪੀਪੀਐਸਸੀ ਦੇ ਵਿੱਚ ਪੁੱਛੇ ਗਏ ਹੋਏ ਸਵਾਲ ਨੇ ਸਿੰਪਲ ਇੰਟਰਸਟ ਦੇ ਵਿੱਚੋਂ ਲੈ ਕੇ ਕੁਝ ਤਾਂ ਇਹ ਪੁੱਛੇ ਜਾਂਦੇ ਵੀ ਕਿੰਨੇ ਟਾਈਮਸ ਕਿੰਨੇ ਸਮੇਂ ਦੇ ਵਿੱਚ ਹੁੰਦੀ ਹੈ ਇਸ ਤਰ੍ਹਾਂ ਸਵਾਲ ਦੂਸਰੇ ਆਪਣੇ ਕੋਲੇ ਇੰਟਰਸਟ ਦੇ ਕੇ ਸਮਾਂ ਰੇਟ ਨੂੰ ਚੇਂਜ ਕਰਦੇ ਉਸ ਤਰ੍ਹਾਂ ਦੇ ਸਵਾਲ ਆਪਾਂ ਨੂੰ ਪੁੱਛੇ ਜਾਂਦੇ ਠੀਕ ਹੈ ਜੀ ਬੱਚੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ